ਡਾਕਟਰ ਬੀ ਆਰ ਅੰਬੇਡਕਰ ਆਰਮੀ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਕੰਤਾ ਢੰਡੋਵਾਲ ਦੀ ਅਗਵਾਈ ਹੇਠ ਮੋਟਰਸਾਈਕਲ ਮਾਰਚ ਕੱਢਿਆ ਗਿਆ। ਦੱਸ ਦਈਏ ਇਹ ਮਾਰਚ ਮੰਡੀ ਰੂਪੇਵਾਲ ਤੋਂ ਸ਼ੁਰੂ ਹੋ ਕੇ ਮਲਸੀਆਂ ਸ਼ਾਹਕੋਟ ਤੋਂ ਹੁੰਦਿਆਂ ਹੋਇਆ ਪਿੰਡ ਢੱਡੋਵਾਲ ਵਿਖੇ ਸਮਾਪਤ ਹੋਇਆ। ਇਸ ਦੌਰਾਨ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਸੰਬੰਧੀ ਮੰਗ ਪੱਤਰ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਨਾਂ ਤਹਿਸੀਲਦਾਰ ਸ਼ਾਹਕੋਟ ਹਰਮਿੰਦਰ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਭਾਈ ਪਾਲ ਸਿੰਘ ਫਰਾਂਸ ਤੋਂ ਸ਼੍ਰੋਮਣੀ ਰਗਰੇਟਾ ਦਲ ਦੇ ਪ੍ਰਧਾਨ ਬਲਬੀਰ ਸਿੰਘ ਚੀਮਾ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਅੰਬੇਡਕਰ ਆਰਮੀ ਦੇ ਪ੍ਰਧਾਨ ਕੁਲਵੰਤ ਸਿੰਘ ਕੰਤਾ ਅਤੇ ਸ਼੍ਰੋਮਣੀ ਰਗਰੇਟਾ ਦਲ ਦੇ ਪ੍ਰਧਾਨ ਬਲਬੀਰ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਸਿੱਖ ਕੌਮ ਨਾਲ ਹੀ ਧੱਕਾ ਕਰਦੀ ਆ ਰਹੀ ਹੈ। ਇਸ ਮੌਕੇ ਉਹਨਾਂ ਨੇ ਸਰਕਾਰ ਪਾਸੋਂ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ। ਸ਼ਾਹਕੋਟ ਤੋਂ ਅੱਜ ਦੀ ਆਵਾਜ਼ ਲਈ ਸਿਦਕਪ੍ਰੀਤ ਸਿੰਘ ਸਚਦੇਵਾ ਦੀ ਰਿਪੋਰਟ। ਮੈਂ ਬਲਬੀਰ ਸਿੰਘ ਚੀਮਾ, ਸੂਬਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਔਰ 11 ਨਿਹੰਗ ਸਿੰਘ ਜਥੇਬੰਦੀਆਂ ਦਾ ਚੇਅਰਮੈਨ, ਅੱਜ ਜਿਹੜਾ ਮਾਰਚ ਸਾਡੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਅੰਬੇਡਕਰ ਆਰਮੀ ਪੰਜਾਬ, ਮੇਰੇ ਛੋਟੇ ਭਾਈ ਵੀਰ ਕੁਲਵੰਤ ਸਿੰਘ ਜੀ ਢੰਡੋਵਾਲ, ਇਹਨਾਂ ਨੇ ਜਿਹੜੇ ਨੌਜਵਾਨਾਂ ਨੇ ਸਾਰਿਆਂ ਨੇ ਇਹ ਮੰਗ ਕੀਤੀ ਹੈ, ਸਾਡੀ ਕੇਂਦਰ ਸਰਕਾਰ ਕੋਲ ਮੰਗਿਆ, ਰਾਸ਼ਟਰਪਤੀ ਕੋਲ ਮੰਗਿਆ ਵੀ ਜਿਹੜੇ ਸਿੰਘ ਜਿਹੜੇ ਹੈ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਜਿਹੜੇ ਬਿਨਾਂ ਮਤਲਬ ਤੋਂ ਕੇਸ ਮਤਲਬ ਪਾਉਣ ਤੋਂ ਕੇਸ ਪਾਏ ਗਏ ਨੇ ਲੇਕਿਨ ਕੇਸ ਲੜੇ ਨਹੀਂ ਜਾ ਰਹੇ, ਉਹ 24-24 25-25 ਸਾਲ ਤੋਂ ਅੰਦਰ ਨੇ। ਅਸੀਂ ਸਮਝਦੇ ਹਾਂ ਵੀ ਪੰਜਾਬ ਦੇ ਨਾਲ ਮਤੇਰੀ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ, ਪੰਜਾਬ ਦੇ ਨਾਲ ਇਹ ਧੱਕਾ ਕੀਤਾ ਜਾ ਰਿਹਾ, ਪਹਿਲਾਂ ਵੀ ਪੰਜਾਬ ਦੇ ਨਾਲ ਧੱਕੇ ਹੋਏ ਨੇ ਤੇ ਸਾਡੀ ਇਹ ਪਰਜ਼ੋਰ ਮੰਗ ਆ ਜਥੇਬੰਦੀਆਂ ਵੱਲੋਂ, ਨੌਜਵਾਨਾਂ ਵੱਲੋਂ ਵੀ ਇਹ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਅਗਰ ਇਹ ਸੁਣਵਾਈ ਨਾ ਹੋਈ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਆ ਇਹ ਨੌਜਵਾਨ ਜਿਹੜੇ ਆ ਇਹ ਭਗਤ ਸਿੰਘ ਦੀ ਕੰਡੀਸ਼ਨ ਆ ਵੀ ਜੇ ਕਾਨੂੰਨ ਲੋਕਾਂ ਨੂੰ ਹੱਥ ਵਿੱਚ ਨਾ ਰੱਖ ਸਕੇ ਤਾਂ ਲੋਕ ਕਾਨੂੰਨ ਨੂੰ ਹੱਥ ਵਿੱਚ ਲੈ ਲੈਂਦੇ ਨੇ। ਖਾੜਕੂ ਜੰਮਦੇ ਨਹੀਂ ਆ, ਖਾੜਕੂ ਪੈਦਾ ਮਤਲਬ ਜਿਹੜੇ ਆ ਕੀਤੇ ਜਾਂਦੇ ਆ। ਸੋ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਜੇ ਨੌਜਵਾਨ ਭੜਕੇ ਹੋਏ ਪਿਛਲੇ ਸਮੇਂ 'ਚ ਵੀ ਇਹ 47 ਚੱਕੀਆਂ ਤੇ ਹੁਣ ਵੀ ਮਤਲਬ ਜਿਹੜੇ ਪੰਜਾਬ ਦੇ ਲੋਕਾਂ ਨੂੰ ਮਜਬੂਰ ਨਾ ਕੀਤਾ ਜਾਵੇ ਮਤੇਰੀ ਮਾਂ ਵਾਲਾ ਸਲੂਕ ਜਿਹੜਾ।